ਕਿਉਂ ਨੋਬਤ ਆ ਗਈ ਕਿ ਇਜ਼ਾਫਾ ਜਿਹੜਾ ਉਹ ਕਰਨਾ ਪਿਆ? ਪਹਿਲਾਂ ਕੀ ਕਲੈਕਟਰ ਰੇਟ ਸੀਗਾ ਔਰ ਹੁਣ ਇਜ਼ਾਫਾ ਕਰਕੇ ਕੀ ਹੋ ਗਿਆ? ਦੇਖੋ, ਇਹ ਕਲੈਕਟਰ ਰੇਟ ਜਿਹੜੇ ਆ ਇਹਨਾਂ ਨੂੰ ਹਮੇਸ਼ਾ ਡਿਪਟੀ ਕਮਿਸ਼ਨਰ ਰਿਵਿਊ ਕਰਦੇ ਆ। ਫਰਜ਼ ਕਰ ਲਓ ਅਸੀਂ ਕਿਸੇ ਗਜ ਦਾ ਮਰਲੇ ਦੀ ਗੱਲ ਕਰਦੀ ਹੈ, ਕਿਤੇ 30,000 ਰੁਪਇਆ ਗਜ ਹੈਗਾ ਆ ਔਰ ਉੱਥੇ ਕਲੈਕਟਰ ਰੇਟ ਹੈਗਾ 10,000 ਰੁਪਇਆ, ਤਾਂ ਡਿਫਰੈਂਸ ਬਹੁਤ ਜ਼ਿਆਦਾ ਹੋ ਜਾਂਦਾ। ਮਤਲਬ ਤੁਸੀਂ ਲਾ ਲਓ ਵੀ ਉਹ 30% ਪੈਸਾ ਐਕਚੁਲੀ ਤੁਹਾਨੂੰ ਉੱਥੇ ਬਾਈ ਚੈੱਕ ਦੇਣਾ ਪੈਂਦਾ, 70% ਪੈਸਾ ਤੁਹਾਡਾ। ਲੇਕਿਨ ਸਾਨੂੰ ਗਵਰਨਮੈਂਟ ਦਾ ਸਿਰਫ ਇਦਾਰਾ ਇੱਕ ਸੋਚਣ ਦਾ ਤਰੀਕਾ ਇਹ ਹੁੰਦਾ ਵੀ ਬੈਲੈਂਸ ਕੰਮ ਰਹੇ ਔਰ ਤਾਂ ਕਿ ਕੱਲ੍ਹ ਨੂੰ ਖਰੀਦਣ ਵਾਲੇ ਵੀ ਨੁਕਸਾਨ ਨਾ ਹੋਵੇ। ਜਦੋਂ ਜਿੱਥੇ ਗਵਰਨਮੈਂਟ ਦੋ ਪੈਸੇ ਜ਼ਿਆਦਾ ਆਊਗੇ ਉੱਥੇ ਖਰੀਦਣ ਵਾਲੇ ਨੂੰ ਇਹ ਫਾਇਦਾ ਹੋਏਗਾ ਵੀ ਉਹਦਾ ਜਿਹੜਾ 50% ਤੱਕ ਦੀ ਉਹਦੀ ਪੇਮੈਂਟ ਜਾਏਗੀ ਵਿੱਚੋਂ, ਤਾਂ ਉਹਦਾ ਉਹਨੂੰ ਆਉਣ ਵਾਲੇ ਟਾਈਮ ਕੱਲ੍ਹ ਜਦੋਂ ਉਹਨੇ ਕਿਤੇ ਸੇਲ ਕਰਨਾ ਤਾਂ ਉਹਦਾ ਜਿਹੜਾ ਹੈ ਉਹਦੇ ਵੀ ਪੈਸਾ ਕੰਮ ਆਏਗਾ। ਇਸ ਚੀਜ਼ ਆਮ ਲੋਕਾਂ ਦੀ ਭਾਸ਼ਾ ਚ ਅਗਰ ਸਮਝਣਾ ਚਾਹੀਏ, ਆਮ ਲੋਕਾਂ ਦੀ ਜੇਬ ਤੇ ਕਿੰਨਾ ਅਸਰ ਪਏਗਾ? ਜੇਬ ਢਿੱਲੀ ਹੋਏਗੀ ਜਾਂ ਕਿੰਨਾ ਅਸਰ ਜੇਬ ਤੇ ਉੱਤੇ ਪਏਗਾ? ਜੇ ਲੋਕਾਂ ਦੀ ਜੇਬ ਢਿੱਲੀ ਹੁੰਦੀ ਤਾਂ ਐਤਕੀ ਸਾਨੂੰ 71% ਮਾਲੀਆ ਜ਼ਿਆਦਾ ਆਇਆ ਸਟੰਪ ਡਿਊਟੀ ਜ਼ਰੀਏ। ਲੋਕ ਖੁਦ ਚਾਹੁੰਦੇ ਆ, ਕਿਉਂ ਜਦੋਂ ਉਹਦੇ ਆਮ ਲੋਕਾਂ ਨੂੰ ਅਗਰ ਮਾਮੂਲੀ ਜਿਹਾ ਸਟੰਪ ਡਿਊਟੀ ਜ਼ਿਆਦਾ ਲੈਣੀ ਪਏਗੀ। ਅਗਰ ਸਟੰਪ ਡਿਊਟੀ ਵਧਾਈ ਨਹੀਂ ਆ ਨਾ ਸਟੰਪ ਡਿਊਟੀ ਵਧਾਈ, ਸਿਰਫ ਕਲੈਕਟਰ ਰੇਟ ਦਾ ਉਹਨਾਂ ਨੂੰ ਲੋਕਾਂ ਨੂੰ ਫਾਇਦਾ ਹੁੰਦਾ, ਕਿਉਂਕਿ ਲੋਕਾਂ ਦੀ ਜ਼ਮੀਨ ਦੀ ਵੈਲਿਊ ਵੱਧਦੀ ਆ, ਐਕਚੁਅਲ ਵੈਲਿਊ ਵੱਧਦੀ ਲੋਕਾਂ ਦੀ, ਕਿਉਂਕਿ ਜਦੋਂ ਕਲੈਕਟਰ ਰੇਟ ਵੱਧਦਾ ਇਹਦਾ ਮਤਲਬ ਤੁਹਾਡੀ ਜ਼ਮੀਨ ਦੀ ਵੈਲਿਊ ਜ਼ਿਆਦਾ ਆ। ਫਰਜ਼ ਕਰੋ ਤੁਸੀਂ ਕਿਸੇ ਏਰੀਆ ਜ਼ਮੀਨ ਲੈਂਦੇ ਹੋ ਤਾਂ ਕਲੈਕਟਰ ਰੇਟ ਤੋਂ ਜ਼ਮੀਨ ਦਾ ਪਤਾ ਲੱਗਦਾ ਵੀ ਉਹਦੀ ਵੈਲਿਊ ਕੀ ਆ, ਉਹ ਕਿੰਨਾ ਪੌਸ਼ ਏਰੀਆ, ਕਿੰਨਾ ਉਹ ਐਗਰੀਕਲਚਰ ਏਰੀਆ, ਕਿੰਨਾ ਉਹ ਵਧੀਆ ਏਰੀਆ ਵਿੱਚ ਆਉਂਦਾ। ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਦਾ ਕੋਈ ਨੁਕਸਾਨ ਨਹੀਂ ਹੋਇਆ ਔਰ ਲੋਕਾਂ ਨੇ ਇਸ ਗੱਲ ਦਾ ਸਵਾਗਤ ਵੀ ਕੀਤਾ। ਆਮ ਲੋਕਾਂ ਦੀ ਭਾਸ਼ਾ ਸਮਝਣਾ ਚਾਹੀਏ ਜੀ, ਪਹਿਲਾਂ ਕੀ ਕਲੈਕਟਰ ਰੇਟ ਸੀ ਔਰ ਹੁਣ ਕੀ ਕਲੈਕਟਰ ਰੇਟ ਦੇਣਾ ਹੋਏਗਾ ਔਰ ਵੱਖੋ ਵੱਖ ਥਾਵਾਂ ਦੇ ਵੱਖੋ ਵੱਖ ਰੇਟ ਨੇ? ਬਿਲਕੁਲ, ਉਹ ਡਿਪਟੀ ਕਮਿਸ਼ਨਰ ਦੇ ਅਧੀਨ ਜਿਹੜੇ ਬੰਦੇ ਉਹਨਾਂ ਦੀ ਜਿਹੜੀ ਰੈਵਨਿਊ ਡਿਪਾਰਟਮੈਂਟ ਦੇ ਆਫਿਸਰ ਹੈ ਉੱਥੇ ਜਾ ਕੇ ਦੇਖਦੇ ਆ ਇਸ ਵੇਲੇ ਇੱਥੇ ਐਕਚੁਅਲ ਜ਼ਮੀਨ ਦੀ ਵੈਲਿਊ ਕੀ ਚੱਲਦੀ ਪਈ ਆ। ਫਰਜ਼ ਕਰ ਲਓ ਕਿਤੇ 2,00,000 ਰੁਪਇਆ ਮਰਲਾ ਚੱਲਦੀ ਪਈ ਆ ਤੇ ਉਹ ਉੱਥੇ ਜਾ ਕੇ ਦੇਖਦੇ ਆ ਵੀ ਇਹਦਾ ਕਲੈਕਟਰ ਰੇਟ ਜਿਹੜਾ ਹੈਗਾ ਸਿਰਫ 60,000 ਰੁਪਇਆ ਮਰਲਾ ਆ ਤੇ ਉਹਨੂੰ ਫਿਰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਕੇ ਡਿਪਟੀ ਕਮਿਸ਼ਨਰ ਨੂੰ ਜਿਹੜੀ ਟੀਮ ਹੈ ਲੈ ਕੇ ਦਿੰਦੀ ਹੈ ਵੀ ਐਕਚੁਅਲੀ ਉੱਥੇ ਜ਼ਮੀਨ ਜਿਹੜੀ ਆ 2,00,000 ਰੁਪਇਆ ਮਰਲੇ ਹਿਸਾਬ ਨਾਲ ਵਿਕਦੀ ਪਈ ਆ ਤੇ ਇਹਦਾ ਜਿਹੜਾ ਕਲੈਕਟਰ ਰੇਟ ਅਗਰ ਵਧਾਇਆ ਜਾਵੇ ਤਾਂ ਪਬਲਿਕ ਨੂੰ ਨੁਕਸਾਨ ਨਹੀਂ ਹੋਏਗਾ, ਪਬਲਿਕ ਦੇ ਪ੍ਰੋਪਰਟੀ ਦੀ ਉਲਟਾ ਐਪਰੀਸੀਏਸ਼ਨ ਹੋਏਗੀ। ਇੱਕ ਤੁਹਾਡੇ ਮਹਿਕਮੇ ਚ 71% ਵਾਧਾ ਵੀ ਹੋਇਆ, ਇਹ ਜੁਲਾਈ ਮਹੀਨੇ ਦੇ ਵਿੱਚ ਹੋਇਆ ਜੀ, ਇਹ ਕਿਵੇਂ ਵਾਧਾ ਹੋਇਆ? ਇਹ ਅਸੀਂ ਉਹਨੂੰ ਕੰਪੈਰੀਜ਼ਨ ਅਗਰ ਕਰੀਏ ਪਿਛਲੇ ਮਹੀਨੇ ਦੇ ਨਾਲ ਤੇ ਇਸ ਸਾਲ ਇਸ ਮਹੀਨੇ ਚ ਸਾਨੂੰ ਜਿਹੜਾ ਪਿਛਲੇ ਮਹੀਨੇ ਸਾਨੂੰ 270 ਕਰੋੜ ਰੁਪਇਆ ਆਇਆ, ਠੀਕ ਹੈ, ਐਤਕੀ ਸਾਨੂੰ 463 ਕਰੋੜ ਰੁਪਇਆ ਆਇਆ ਰਜਿਸਟਰੀਆਂ ਦਾ ਇਹਦਾ। ਹਾਂ, ਇਹਦਾ ਮਤਲਬ ਕੀ ਹੈ, ਲੋਕ ਜਦੋਂ ਹੈ ਲੋਕਾਂ ਦਾ ਜਦੋਂ ਸਰਕਾਰ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਰਕਾਰ ਦੇ ਉੱਤੇ ਵਿਸ਼ਵਾਸ ਹੈ, ਜੇ ਲੋਕ ਅੱਜ ਇਨਵੈਸਟ ਕਰਦੇ ਪਏ ਆ, ਜ਼ਮੀਨਾਂ ਖਰੀਦਦੇ ਪਏ ਆ, ਜ਼ਮੀਨਾਂ ਵੇਚਦੇ ਪਏ ਆ, ਇਹਦਾ ਸਾਰਾ ਜਿਹੜਾ ਸਿਲਸਿਲਾ ਹੈ ਸਰਕਾਰ ਦੇ ਵਿਸ਼ਵਾਸ ਦੇ ਉੱਤੇ ਡਿਪੈਂਡ ਕਰਦਾ। ਇਹ ਵਨ ਟਾਈਮ ਸੈਟਲਮੈਂਟ ਦੀ ਵਜ੍ਹਾ ਕਰਕੇ ਵੀ ਹੈ, ਜਿਹੜੀ ਕਿਹਾ ਸੀਗਾ ਕਿ ਵਨ ਟਾਈਮ ਸੈਟਲਮੈਂਟ ਕਰ ਲਓ, ਰਜਿਸਟਰੀਆਂ ਵੱਧ ਤੋਂ ਵੱਧ ਕੱਢ ਲਓ। ਨਹੀਂ, ਉਹ ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ, ਉਹ ਤਾਂ ਜੇ ਕੋਈ ਵਨ ਟਾਈਮ ਸੈਟਲਮੈਂਟ ਦਾ ਉਹ ਇੱਕ ਅਲੱਗ ਪ੍ਰੋਸੀਜਰ ਹੈ, ਲੇਕਿਨ ਇਹ ਲੋਕਾਂ ਦਾ ਐਜ਼ ਯੂਜ਼ੁਅਲ ਆਇਆ, ਮੈਂ ਕਹਿ ਸਕਦਾ ਹਾਂ ਇੰਨੀਆਂ ਲੋਕਾਂ ਨੇ ਰਜਿਸਟਰੀਆਂ ਕਰਾਈਆਂ ਤਾਂ ਲੋਕਾਂ ਦਾ ਆਇਆ ਔਰ ਹੁਣ ਤੱਕ ਇਸ ਫਾਈਨੈਂਸ਼ੀਅਲ ਈਅਰ ਚ 2024-25 ਦੇ ਵਿੱਚ ਅਗਰ ਇਹਨੂੰ ਕਰਾਂ ਤਾਂ 27% ਤੋਂ ਜ਼ਿਆਦਾ ਟੋਟਲ ਮਾਲੀਆ ਸਾਨੂੰ ਜ਼ਿਆਦਾ ਆ ਚੁੱਕਾ ਔਰ ਸਾਡਾ ਜਿਹੜਾ ਟੀਚਾ ਹੈ ਉਸ ਤੋਂ ਵੱਧ ਮਾਲੀਆ ਸਾਨੂੰ ਲੋਕਾਂ ਦਾ ਪ੍ਰੋਪਰਟੀ ਖਰੀਦਣ ਵਿਸ਼ਵਾਸ ਸਰਕਾਰ ਦੇ ਉੱਤੇ ਵਧਿਆ।